ਕਸਬਾ ਦਤਾਰਪੁਰ ਵਿੱਚੋਂ ਲੰਘਦੀ ਕੰਢੀ ਕਨਾਲ 'ਚ ਦੇਰ ਰਾਤ ਕਰੀਬ 20 ਮੀਟਰ ਪਾੜ ਪੈਣ ਕਾਰਨ ਪਿੰਡ ਰੱਕੜੀਹਾਰ 'ਚ ਰਿਹਾਇਸ਼ੀ ਆਬਾਦੀ ਵਿੱਚ ਪਾਣੀ ਭਰ ਗਿਆ। ਪਿੰਡ ਦੇ ਕਰੀਬ ਅੱਧੀ ਦਰਜਨ ਪਰਿਵਾਰਾਂ ਨੇ ਰਾਤ ਜਾ ਕੇ ਕੱਟੀ। ਹਲਕਾ ਦਸੂਆ ਵਿਧਾਇਕ ਅਰੁਣ ਕੁਮਾਰ ਨੇ ਘਟਨਾ ਦਾ ਦੌਰਾ ਕੀਤਾ ਅਤੇ ਹੋਏ ਨੁਕਸਾਨ ਦਾ ਵੀ ਜਾਇਜ਼ਾ ਲਿਆ। ਵਿਭਾਗ ਦੇ SDO ਨੇ ਪਾਵਰ ਹਾਊਸ ਦੀਆਂ ਟਰਬਾਈਨਾਂ 'ਚ ਤਕਨੀਕੀ ਨੁਕਸਾਨ ਕਾਰਨ ਹਾਦਸਾ ਵਾਪਰਨ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਪਿੰਡ ਰੱਕੜੀਹਾਰ ਦੀ ਮਹਿਲਾ ਸਰਪੰਚ ਮਨਜੀਤ ਕੌਰ ਨੇ ਦੱਸਿਆ ਕਿ ਕਰੀਬ ਰਾਤ 9:30 ਵਜੇ ਕੰਢੀ ਕਨਾਲ 'ਚ ਪਾਣੀ ਓਵਰਫਲੋ ਹੋਣਾ ਸ਼ੁਰੂ ਹੋ ਗਿਆ। ਕਰੀਬ ਰਾਤ 10:30 ਵਜੇ ਨਹਿਰ ਵਿੱਚ ਪਾੜ ਪੈ ਗਿਆ, ਜਿਸ ਕਾਰਨ ਪਿੰਡ ਦੇ ਨਿਵਾਣ 'ਚ ਰਹਿੰਦੇ ਧਰਮਪਾਲ, ਪਰਮਜੀਤ ਸਿੰਘ, ਰਾਮਮੂਰਤੀ, ਸ਼ਮਸ਼ੇਰ ਸਿੰਘ ਵਗੈਰਾ ਦੇ ਘਰਾਂ ਵਿੱਚ ਪਾਣੀ ਭਰ ਗਿਆ। ਰਾਮਮੂਰਤੀ ਨੇ ਦੱਸਿਆ ਕਿ 5 ਦਿਨ ਪਹਿਲਾਂ ਵੀ ਨਹਿਰ ਵਿੱਚ ਪਾਣੀ ਵੱਧ ਗਿਆ ਸੀ। ਪਾਣੀ ਨਹਿਰ ਤੋਂ ਉੱਪਰੋਂ ਹੀ ਲੰਘ ਰਿਹਾ ਸੀ, ਜਿਸ ਦੀ ਸੂਚਨਾ ਸੰਬੰਧਿਤ ਵਿਭਾਗ ਨੂੰ ਟਾਈਮ ਤੋਂ ਹੀ ਦੇ ਦਿੱਤੀ ਗਈ ਸੀ। ਰਾਤ ਵੀ ਨਹਿਰ ਵਿੱਚ ਪਾਣੀ ਵੱਧ ਸੀ, ਜਿਸ ਕਾਰਨ ਨਹਿਰ ਵਿੱਚ ਪਾੜ ਪੈ ਗਿਆ ਅਤੇ ਪਾਣੀ ਉਹਨਾਂ ਦੇ ਘਰਾਂ ਅੰਦਰ ਦਾਖਲ ਹੋਣਾ ਸ਼ੁਰੂ ਹੋ ਗਿਆ। ਡਰਦੇ ਹੋਏ ਉਹ ਆਪਣੇ ਪਰਿਵਾਰਾਂ ਸਮੇਤ ਉੱਚੀ ਥਾਂ 'ਤੇ ਚਲੇ ਗਏ ਸਨ। ਸਵਕਤੇ ਕਰੀਬ 3:30 ਵਜੇ ਪਾਣੀ ਉਤਰਨ ਉਪਰੰਤ ਹੀ ਉਹ ਵਾਪਸ ਪਰਤੇ। ਉਹਨਾਂ ਦੱਸਣਯੋਗ ਇਹ ਹੈ ਕਿ ਪਿਛਲੇ 2 ਮਹੀਨਿਆਂ ਵਿੱਚ 3ਜੀ ਘਟਨਾ ਹੈ। ਇਸ ਤੋਂ ਪਹਿਲਾਂ ਲੰਘੇ ਮਹੀਨੇ ਹਾਜੀਪੁਰ ਦੇ ਪਿੰਡ ਭੱਲੋਵਾਲ ਕੋਲ ਸ਼ਾਹ ਨਹਿਰ ਫੀਡਰ ਅਤੇ ਪਿੰਡ ਚੱਕਮੂਰਪੁਰ ਦੇ ਨਜ਼ਦੀਕ ਹਾਜੀਪੁਰ ਡਿਸਟ੍ਰੀਬਿਊਟਰੀ 'ਚ ਪਾੜ ਪੈ ਗਿਆ ਸੀ। ਇਹ 10:30 ਵਜੇ ਵਿੱਚ ਨਹਿਰ ਨਾਲ ਥੋੜ੍ਹਾ ਥੋੜ੍ਹਾ ਪਾਣੀ ਆਉਣ ਲੱਗਾ ਅਤੇ ਅਸੀਂ ਅਜੇ ਸੁੱਤੇ ਨਹੀਂ ਸੀ, ਅਸੀਂ ਬੈਠੇ ਹੋਏ ਸੀ ਰੋਟੀ ਖਾ ਕੇ ਢੇ ਦੀ ਅਤੇ ਉਹਦੇ ਬਾਅਦ ਨਾ ਥੋੜ੍ਹਾ ਥੋੜ੍ਹਾ ਪਾਣੀ ਆਉਂਦੇ ਨੂੰ ਇੱਕਦਮ ਹੀ ਪਾਣੀ ਦੀ ਆਵਾਜ਼ ਆਈ ਤਾਂ ਅਸੀਂ ਤਾਂ ਸਾਰੇ ਉੱਠ ਕੇ ਖੜ੍ਹੇ ਹੋ ਗਏ ਅਤੇ ਉਦੋਂ ਬਾਅਦ ਅਸੀਂ ਇੱਥੋਂ ਘਰ ਛੱਡ ਕੇ ਅਸੀਂ ਪਰਲਿਆਂ ਦੇ ਘਰ ਚਲੇ ਗਏ। ਅਸੀਂ ਕਿਹਾ ਕਿ ਉਹ ਤਾਂ ਪਾਣੀ ਅੰਦਰ ਹੀ ਵਿਹੜੇ 'ਚ ਆ ਜਾਣਾ, ਸਾਡੇ ਤਾਂ ਵਿਹੜੇ 'ਚ ਵੀ ਪਾਣੀ ਆਈ ਗਿਆ। ਪਾਣੀ ਨਾਲ ਸਾਰੇ ਖੇਤ ਸਾਡੇ ਦੇਖੋ ਸਾਰਾ ਪੂਰੇ ਪੂਰਾ ਝੋਨਾ ਲਾਇਆ, ਸਾਰਾ ਬਰਬਾਦ ਹੋ ਗਿਆ, ਪਾਣੀ ਉੱਧਰ ਨੂੰ ਹੋ ਗਿਆ ਸਾਡਾ। ਪਹਿਲੇ ਲੀਕ ਸੀਗੀ, 3-4 ਕੁ ਦਿਨ ਹੋਏ ਅਸੀਂ ਫੋਨ ਕੀਤਾ ਸੀਗਾ ਤਾਂ ਉਹਨਾਂ ਨੇ ਕੋਈ ਉਹਨੇ ਸਾਨੂੰ ਜਵਾਬ ਨਹੀਂ ਦਿੱਤਾ ਨਾ ਦੇਖਿਆ। ਅਸੀਂ ਤਾਂ ਕਿਹਾ ਦੇਖ ਕੇ ਜਾਓ ਤੁਸੀਂ। ਨਾਲ ਦੇ ਕਮਲੇਸ਼ ਭਾਅ ਜੀ, ਰਾਤ ਨਾ 11 ਵਜੇ ਪਾਣੀ ਦਾ ਬੜਾ ਸਨਾਟਾ ਆ, ਇੰਨਾ ਪਾਣੀ ਜ਼ਿਆਦਾ ਆਇਆ ਨਾ, ਇੱਦਾਂ ਮਲੂਮ ਹੋਇਆ ਜਿੱਦਾਂ ਬਾਰਿਸ਼ ਆ ਰਹੀ ਹੈ। ਅਤੇ ਬਾਰਿਸ਼ ਨਹੀਂ ਜਦੋਂ ਦੇਖਿਆ ਨਹਿਰ ਟੁੱਟੇ ਦੀ, ਕੋਈ ਨੇ ਸੁਣਾਈ ਨਹੀਂ ਉਹਨੂੰ ਉਸਲੇ ਕੀਤੀ, ਪਹਿਲਾਂ ਦੇਖੋ ਦੇਖੀ ਜਾ ਕੇ ਜਿਸਲੇ ਐਨ ਨਹਿਰ ਟੁੱਟ ਗਈ, ਸਾਰਾ ਬੂਟਾ ਰੁੜ ਕੇ ਸਾਰਾ ਹੀ ਜਾ ਕੇ ਨਾ ਮਕਾਨ ਦੇ ਲਾਗੇ ਵੀ ਪੂਰੇ ਲੱਗ ਗਿਆ, ਤੂੜੀ ਦਾ ਕੁੱਪ ਵੀ ਰੁੜ ਕੇ ਨਾ ਜਾ ਕੇ ਉਹ ਪੀਰ ਦੀ ਜਗ੍ਹਾ ਲਾਗੇ ਲੱਗਿਆ ਜਾ ਕੇ, ਕੋਈ ਦਿਖਣ ਨਹੀਂ ਆਇਆ ਹੁਣ ਤੱਕ। ਜਿਸਲੇ ਪਾਣੀ ਦਾ ਐਨ ਘਰ ਤੱਕ ਪ੍ਰਭਾਵ ਹੋ ਗਿਆ, ਉਹ ਤੋਂ ਬਾਅਦ ਆਏ ਮਹਿਕਮੇ, ਨਹਿਰ ਮਹਿਕਮੇ ਨੇ ਕੋਈ ਸੁਣਾਈ ਨਹੀਂ ਕੀਤੀ। ਉਹ ਤੋਂ ਪਹਿਲਾਂ ਉਹਨਾਂ ਨੂੰ ਸ਼ਿਕਾਇਤ ਕੀਤੀ ਗਈ ਵੀ ਆ ਕੇ ਦੇਖੋ ਸਾਡਾ ਮੌਕਾ, ਉਹਨਾਂ ਨੇ ਕੋਈ ਮੌਕਾ ਨਹੀਂ ਦਿਖਿਆ। ਉਹਨਾਂ ਨੂੰ ਦੇਖਣਾ ਚਾਹੀਦਾ ਹੈ ਨਾ, ਪਰ ਨੁਕਸਾਨ ਚੱਲੇ ਹੋ ਗਿਆ, ਹੁਣ ਦੇਖਣ ਦਾ ਮੌਕਾ ਕੀ ਫਾਇਦਾ, ਹੁਣ ਕੀ ਫਾਇਦਾ ਸਾਨੂੰ ਦੱਸਣ ਦਾ ਵੀ, ਜੇ ਦੱਸਗੇ ਸਾਨੂੰ ਕੁਛ ਉਹ ਸੁਣਾਈ ਕਰਨਗੇ ਖੇਤਾਂ ਦਾ ਕਿੰਨਾ ਨੁਕਸਾਨ ਹੋਇਆ। ਹਾਂਜੀ ਕੀਤੀ, 3-4 ਦਿਨ ਪਹਿਲਾਂ ਦੱਸੀ ਕਾਏ ਵੀ ਪਾਣੀ ਬਹੁਤ ਜ਼ਿਆਦਾ ਛੱਡਤਾ ਤੁਸੀਂ, ਨਹਿਰ ਟੁੱਟਣ ਵਾਲੀ ਹੈ। ਉਹ ਬੋਲਦੇ ਕੋਈ ਨਹੀਂ ਬੰਦ ਕਰ ਦੇਣਗੇ ਪਾਣੀ, ਦਿਖਣ ਨਹੀਂ ਆਇਆ ਕੋਈ ਵੀ। ਫੋਨ ਕੀਤਾ ਉਹਨਾਂ ਨੂੰ, ਦੇਖੋ ਆ ਕੇ ਨਹਿਰ ਪਾਣੀ ਟੁੱਟਣ ਵਾਲਾ ਹੈ, ਨਹੀਂ ਦੇਖਿਆ, ਮੱਝਾਂ ਗਈਆਂ ਰਾਤੀ ਨੂੰ ਜ਼ਿਲ੍ਹੇ ਛੱਡਣਗੇ, ਉੱਥੋਂ ਪਾਣੀ ਆ ਗਿਆ, ਸਾਰਾ ਪਰਿਵਾਰ ਤਾਂ ਰੋਣ ਲੱਗ ਪਿਆ ਪਿਆ, ਬੰਦਾ ਇੱਕ ਖਰੇ ਰੁੜ ਗਿਆ ਹੈ ਵੀ ਮਿਲਣ ਨਾ, ਇੰਨਾ ਜ਼ਿਆਦਾ ਪਾਣੀ ਆ ਗਿਆ ਜੱਕਦਮ ਹੀ। ਹੁਣ ਮੰਗ ਇਹ ਆ ਕੇ ਸਾਡੀ ਸੁਣਾਈ ਕੀਤੀ ਜਾਏ ਕਿੰਨਾ ਨੁਕਸਾਨ ਹੋਇਆ ਹੈ, ਸਾਰਾ ਝੋਨਾ ਵੀ ਪਾਣੀ 'ਚ ਹੋ ਗਿਆ, ਕੁੱਪ ਪਤੂੜੀ ਵਾਲਾ ਆ ਰੁੜ ਕੇ ਉਹ ਜਾ ਰਹੇ ਆ ਪੀਰ ਦੀ ਜਗ੍ਹਾ ਲਾਗੇ, ਉਹ ਵੀ ਸਾਰਾ ਖਰਾਬ ਹੋ ਗਿਆ, ਪਸ਼ੂਆਂ ਨੂੰ ਪਾਣ, ਪਸ਼ੂਆਂ ਥੱਲੇ ਸਾਰੇ ਪਾਣੀ ਪਾਣੀ ਹੋ ਗਿਆ, ਘਰਾਂ 'ਚ ਮਕਾਨ ਦੀ ਸਾਰੀ ਨੀਂਹ ਖਰਾਬ ਹੋ ਗਈ ਹੈ। ਸ਼ਕੁੰਤਲਾ ਦੀ ਰਾਤ ਨੂੰ ਇਹ 11 ਵਜੇ ਟੁੱਟੀ ਨਹਿਰ, ਹਾਂ ਫਿਰ ਡੰਗਰ ਵੀ ਸਾਡੇ ਇੱਥੇ ਹੀ ਰਹੇ ਰਾਤ ਵੀ ਪਾਣੀ ਵੇਚੀ, ਅਤੇ ਨਾਲ ਹੀ ਮੁਸਲ ਰੁੜ ਗਿਆ ਮੇਰਾ, ਨਾਲ ਹੀ ਪਾਥੀਆਂ ਪੋਥੀਆਂ ਜੋ ਵੀ ਸਭ, ਨੁਕਸਾਨ ਬੜਾ ਹੋਇਆ ਮੇਰਾ, ਘਰਾਂ 'ਚ ਵੀ ਪਾਣੀ ਵੜ ਗਿਆ। 11 ਤਰੀਕ ਨੂੰ ਦੇਖ ਕੇ ਗਏ ਹੈ 4-5 ਦਿਨ ਪਹਿਲਾਂ, ਤਾਂ ਇਹ ਤਾਂ ਹੁਣ ਰਾਤੀ ਨੂੰ ਬੜਾ ਹੀ ਸਾਨੂੰ ਤਾਂ ਬੜਾ ਨੁਕਸਾਨ ਹੋਇਆ, ਖੇਤਾਂ ਵਿੱਚ ਵੀ ਬੜਾ ਨੁਕਸਾਨ ਹੈ, ਧਾਨ ਵੀ ਮਰੀ ਗਏ ਸਾਡੇ। ਧੰਨਵਾਦ ਜੀ। ਰਾਤ ਨੂੰ ਤਕਰੀਬਨ 11 ਵਜੇ ਹੋਈ ਹੈ, ਚੱਲ ਉਹਦੇ ਬਾਅਦ ਫੋਨ ਕੀਤਾ ਸੀ ਆਪਣੇ ਰਿਸ਼ਤੇਦਾਰ ਹੈਗਾ, ਫਿਰ ਉਹਨੇ ਫੋਨ ਕੀਤਾ ਐਕਸ਼ਨ ਸਾਹਿਬ ਦਾ, ਐਕਸ਼ਨ ਸਾਹਿਬ ਨੂੰ ਕਰਨ ਵਾਸਤੇ ਕਹਿੰਦੇ ਕਿਆ ਹੋ ਗਿਆ, ਮੈਂ ਕਿਹਾ ਨਹਿਰ ਟੁੱਟ ਗਈ ਹੈ ਅਤੇ ਸਾਡੇ ਘਰਾਂ ਦਾ ਪਾਣੀ ਆਉਣ ਲੱਗ ਪਿਆ ਅਤੇ ਇੰਤਜ਼ਾਮ ਕਰੋ ਅੱਗੇ, ਉਸੇ ਵੇਲੇ ਆਈ ਗਏ ਉਹ। ਨੁਕਸਾਨ ਤਾਂ ਬੜਾ, ਦੇਖੋ ਇਹ ਜ਼ਮੀਨ ਅੱਗੇ ਧਾਨ ਸਾਡੇ ਅੱਗੇ ਧਾਨ ਹੈਗੇ ਤਾਂ 4-5-6 ਕਿੱਲੇ ਉਹ ਵੀ ਖਰਾਬ ਹੋ ਗਏ, ਘਰਾਂ 'ਚ ਪਾਣੀ ਮਤਲਬ ਬੜੇ ਮੁਸ਼ਕਲ ਨਾਲ ਬਚੇ। ਤੁਸੀਂ ਨਹਿਰ ਪਹਿਲੇ ਵੀ ਖਰਾਬ ਸੀਗੀ ਜਿਹੜੀ ਯਕਦਮ ਟੁੱਟੀ ਹੈ? ਨਹੀਂ ਪਹਿਲੇ ਸੀਗੀ, ਇਹ ਓਵਰਸੀਜ਼ ਆਇਆ, ਮੈਂ ਕਿਹਾ ਨਹਿਰ ਨੇ ਆ ਗਈ ਹੈ, ਇਹਨੂੰ ਬੰਦ ਕਰੋ, ਪਾਣੀ ਘੱਟ ਕਰੋ। 4-5 ਦਿਨ ਪਹਿਲਾਂ? ਹਾਂ 4-5 ਦਿਨ ਦੀ ਗੱਲ ਪਹਿਲਾਂ ਹੈਗੀ ਹੈ, ਅਤੇ ਉਹਦਾ ਗੌਤਮ ਆਪਣੇ ਓਵਰਸੀਜ਼ ਸੀਗਾ ਉਹ, ਅਤੇ ਮੈਂ ਕਿਹਾ ਪਾਣੀ ਘੱਟ ਕਰੋ, ਇਹ ਨਹਿਰ ਟੁੱਟ ਜਾਣੀ ਹੈ, ਔਰ ਉਹ ਦਿਖ ਰਿਹਾ ਹੁਣ 4-5 ਦਿਨ ਬਾਅਦ ਟੁੱਟ ਗਈ ਨਹਿਰ। ਹਾਂਜੀ ਮੇਰਾ ਨਾਮ ਭਾਈ ਸੰਦੀਪ ਕੁਮਾਰ, ਪਿੰਡ ਰੱਕੜੀਹਾਰ। ਹਾਂਜੀ ਅਤੇ ਕੀ ਹੋਇਆ, ਕਿੱਦਾਂ ਕਿੱਦਾਂ, ਕਿੰਨੇ ਕੁ ਵਜੇ? ਕੱਲ੍ਹ ਰਾਤ ਦੀ ਗੱਲ ਹੈਗੀ ਜੀ, ਕੋਈ 10:30-11 ਵਜੇ ਦੀ ਹੈਗੀ ਗੱਲਬਾਤ ਕੱਲ੍ਹ। ਪਹਿਲੇ
ਨਹਿਰ 'ਚ ਆਵਾਜ਼ ਯਾਨੀ ਕਿ ਆਉਣੀ ਸਟਾਰਟ ਹੋ ਗਈ ਇੱਧਰ ਵੀ ਪਾਣੀ ਥੋੜ੍ਹਾ ਥੋੜ੍ਹਾ ਪਹਿਲਾਂ ਆਉਣ ਲੱਗ ਪਿਆ ਸਾਡੇ ਇੱਧਰ ਉਹ ਤੋਂ ਬਾਅਦ ਦੇਖਦੇ ਹਾਂ ਪੂਰਾ ਜੀ ਇੱਧਰ ਸਾਡੇ ਪੂਰੇ ਯਾਨੀ ਕਿ ਨਾ ਪਾਣੀ ਭਰੋ ਗਿਆ ਸਾਰੇ ਪਾਸੇ ਅਸੀਂ ਸਾਨੂੰ ਸਮਾਨ ਕੱਢਣ ਦਾ ਵੀ ਟਾਈਮ ਨਹੀਂ ਅੰਦਰੋਂ ਲੱਗਾ ਖੂਹਾਂ ਵਿੱਚ ਵੀ ਸਾਡੇ ਪਾਣੀ ਭਰ ਗਿਆ ਕੁੜਾਂ ਵੱਲ ਵੀ ਡੰਗਰਾਂ ਵੱਲ ਵੀ ਜੋ ਕੁਛ ਸੀਗਾ ਇੱਧਰ ਸਭ ਕੁਛ ਯਾਨੀ ਕਿ ਨਾ ਤਬਾਹ ਕਰਦਾ ਚੱਲ ਗਿਆ ਪਾਣੀ ਅਤੇ ਰਾਤ ਤੁਸੀਂ ਕਿੱਦਾਂ ਕੀ ਰਾਤ ਬਸ ਪਾਣੀ ਦੇਖ ਕੇ ਕਦੀ ਪਾਣੀ ਵੱਧ ਜਾਂਦਾ ਸੀਗਾ ਕਦੀ ਘੱਟ ਜਾਂਦਾ ਸੀਗਾ ਹਾਂਜੀ ਅਤੇ ਬਹੁਤ ਨੁਕਸਾਨ ਹੋ ਗਿਆ ਸਾਡੇ ਇੱਧਰ ਦਾ ਮੈਂ ਵਿਜੇ ਗਿੱਲ ਨਾਂ ਜੀ ਮੇਰਾ ਮੈਂ ਐਕਸੀਡੈਂਟ ਇੱਥੇ 11:40 ਤੋਂ ਇਸੇ ਪਿੰਡ ਦੇ ਮਿਸਟਰ ਕੋਈ ਧਰਮਪਾਲ ਜੀ ਨੇ ਉਹਨਾਂ ਨੂੰ ਮੈਨੂੰ ਫੋਨ ਕੀਤਾ ਇਮੀਡੀਏਟਲੀ 11:40 'ਤੇ ਮੈਂ ਆਪਣੇ ਜਿਹੜਾ ਮੇਰਾ ਸਟਾਫ ਹੈ ਮੇਰਾ ਸੰਬੰਧਿਤ ਜੇਈ ਹੈ ਮਿਸਟਰ ਬਾਜਵਾ ਅਤੇ ਨਾਲ ਮੇਰੇ ਉੱਥੇ ਹੈੱਡ 'ਤੇ ਜਿਹੜੇ ਮੇਟ ਨੇ ਅਤੇ ਗੇਜ ਰੀਡਰ ਨੇ ਉਹਨਾਂ ਨੂੰ ਮੈਂ 11:40 'ਤੇ ਇਮੀਡੀਏਟਲੀ ਉਹਨਾਂ ਨੂੰ ਕਾਲ ਕੀਤਾ ਅਤੇ ਉਹਨਾਂ ਨੇ ਇਮੀਡੀਏਟਲੀ ਜਾ ਕੇ ਉੱਥੇ 12 ਤੱਕ ਵਿਦ ਇਨ 20-30 ਅਸੀਂ ਗੇਟ ਡਾਊਨ ਕਰਤੇ ਸੀ ਡਾਊਨ ਕਰਨ ਦੇ ਬਾਵਜੂਦ ਵੀ ਜਦੋਂ ਅਸੀਂ ਦੇਖਿਆ ਇਹ ਜਿਹੜਾ ਆਕਰ ਹੋਇਆ ਡਿਊ ਟੂ ਟ੍ਰਿਪਿੰਗ ਉਹ ਟਰਬਾਈਨ ਹੈ PSPB ਦੀਆਂ PSPCL ਦੀਆਂ ਜਿਹੜਾ ਕਿ ਪਾਵਰ ਹਾਊਸ ਤੋਂ ਉਹਨਾਂ ਦੀਆਂ ਜਸਟ ਜੋ ਟਰਬਾਈਨਾਂ ਹੋ ਜਾਂਦੀਆਂ ਟ੍ਰਿਪ ਕਰ ਜਾਂਦੀਆਂ ਅਤੇ ਪਾਣੀ ਬੈਕ ਫਲੋ ਕਰਦਾ ਹੈ ਪਾਣੀ ਨੇ ਇੰਨਾ ਬੈਕ ਫਲੋ ਕੀਤਾ ਕਿ ਸਾਡੇ ਬੰਦਿਆਂ ਨੇ ਜਦੋਂ ਬੰਦ ਵੀ ਕਰਤੇ ਗੇਟ ਆਈ ਸ਼ੋਅ ਯੂ ਦਾ ਕਿ ਉਸ ਤੋਂ ਬਾਅਦ ਵੀ ਪਾਣੀ ਜਿਹੜਾ ਗੇਟ ਦੇ ਉੱਪਰ ਦੀ ਓਵਰਟੋਪ ਕਰਦਾ ਰਿਹਾ ਪੁਖਤਾ ਕਾਰਵਾਈ ਅਸੀਂ ਇਮੀਡੀਏਟਲੀ ਨੁਕਸਾਨ ਕੋਈ ਦੇਖੋ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ ਆਪਾਂ ਇਮੀਡੀਏਟਲੀ ਜਿਹੜਾ ਐਕਸ਼ਨ ਲੈ ਕੇ ਜਿਹੜੇ ਰਾਤੀ ਮੇਰਾ ਸਟਾਫ ਆ ਗਿਆ ਜਾਂ ਅਸੀਂ ਮੇਰੀ ਟੀਮ ਆ ਗਈ ਉਹਦੇ ਆਉਣ ਨਾਲ ਬਹੁਤ ਉਹਨਾਂ ਨੇ ਬੜੀ ਫੁਰਤੀ ਦੇ ਨਾਲ ਇਹਨੂੰ ਸ਼ਟ ਡਾਊਨ ਕਰਤਾ ਅਤੇ ਨੁਕਸਾਨ ਹੋਣ ਤੋਂ ਬਚ ਗਿਆ ਕਾਫੀ ਇਮੀਡੀਏਟਲੀ ਰਾਤੀ ਮਸ਼ੀਨਾਂ ਲਾ ਕੇ ਜਿਹੜਾ ਵਾਟਰਵੇ ਹੈ ਇੱਥੇ ਨਾਲ ਚੋਅ ਹੈ ਅਤੇ ਉਹਦੇ ਵਿੱਚ ਪਾਣੀ ਜਾ ਰਿਹਾ ਕੁਨਟ ਮਰਵਾ ਕੇ ਤਾਂ ਕਿ ਕੋਈ ਹੋਰ ਖੇਤਾਂ ਨੂੰ ਫਸਲ ਨੂੰ ਜਾਂ ਕਿਸੇ ਘਰ ਨੂੰ ਕੋਈ ਨੁਕਸਾਨ ਨਾ ਹੋਵੇ ਜਿਹੜਾ ਪਾਣੀ ਹੈ ਸਾਡਾ ਇਸ ਟਾਈਮ ਚੋਅ 'ਚ ਜਾ ਰਿਹਾ ਅਤੇ ਪਿੱਛੋਂ ਸਾਡੇ ਹੈੱਡ ਤੋਂ ਗੇਟ ਬੰਦ ਹੈ ਅਤੇ ਅਸੀਂ ਫਰਦਰ ਜਿਹੜੀ ਹੈ ਇਹਦੀ ਇਨਫੋਰਮੇਸ਼ਨ ਮੈਂ ਉੱਪਰ ਹਾਇਰ ਆਫਿਸ ਨੂੰ ਭੇਜਤੀ ਹੈ ਅਤੇ ਅਸੀਂ ਕੰਮ ਬਹੁਤ ਜਲਦੀ ਟੇਕਅਪ ਕਰ ਰਹੇ ਹਾਂ।